ਧੀਰ ਸਿੰਘ ਨੇ ਬਾਪੂ ਦਾ ਅਵਰਵਾਈ ਜਾਣ ਦਾ ਮੇਰਾ ਵੀਜ਼ਾ ਲਵਾ ਤਾ ਜੀ। 3 ਲੱਖ ਰੁਪਈਆ ਜਿਹਦੀ ਲਿੱਤਾ ਜੀ ਇੱਥੋਂ, 3 ਲੱਖ ਜੀ ਦਿੱਲੀ ਜਾ ਕੇ ਜੀ। ਫਿਰ ਉੱਥੇ ਜਾਂ ਮੈਨੂੰ ਲੈ ਗਏ ਅਵਰਵਾਈ ਜਾਣ ਜੀ। ਪਹੁੰਚ ਕੇ ਬਾਅਦ ਜੀ ਯੂਕਰੇਨ ਦਾ ਲਵਾਇਆ ਜੀ ਵੀਜ਼ਾ, ਇੰਗਲੈਂਡ ਭੇਜਣਾ ਜੀ ਲੰਡਨ ਜੀ। ਕਿੰਨੇ ਚ ਹੋਇਆ ਸੌਦਾ ਤੁਹਾਡਾ? ਸਾਡਾ ਜੀ 12 ਲੱਖ ਚ ਹੋਇਆ ਸੀ ਜੀ। ਸਾਰੇ ਪੈਸੇ ਦੇਤੇ ਜੀ ਸਾਨੂੰ ਯੂਕਰੇਨ ਜਗਾ ਕੇ, ਕਹਿੰਦਾ ਵੀ ਉੱਥੇ ਸਾਰੇ ਪੈਸੇ, ਕਹਿੰਦਾ ਦੋ ਵੀ ਕੱਲ ਨੂੰ ਟਿਕਟ ਕਰਾਵਾਂਗੇ ਅਸੀਂ। ਧੋਖਾ ਹੋ ਗਿਆ, ਤੋਰਿਆ ਸੀ ਜੀ, ਚੱਲ ਮਾੜਾ ਮੋਟਾ ਕੁਛ ਸਾਡਾ ਬਣ ਜੂਗਾ, ਜਾਇਦਾਦ ਵੇਚੀ ਤੀ ਜੀ। ਇਹ ਧੀਰ ਸਿੰਘ ਨੇ ਸਾਡੇ ਨਾਲ ਧੋਖਾ ਕਰਿਆ ਜੀ। ਫਿਰ ਮੈਨੂੰ ਕਹਿੰਦੇ ਜੀ ਲੰਡਨ ਦਾ ਵੀਜ਼ਾ ਆਉਣਾ ਹੈ ਤੇਰਾ 1-2 ਦਿਨ 'ਚ ਜੀ। ਅਸੀਂ ਤੈਨੂੰ ਪਾਸਪੋਰਟ ਦੇਤੇ ਸਾਨੂੰ ਵੀ ਅਸੀਂ ਤੈਨੂੰ ਪਾਸਪੋਰਟ ਅਤੇ ਵੀਜ਼ਾ ਦੇ ਦਾਂਗੇ ਲਵਾ ਕੇ। ਮਹੀਨਾ ਮੈਨੂੰ ਉੱਥੇ ਉਲਝਦਾਣੀ 'ਚ ਪਾ ਕੇ ਰੱਖਿਆ ਜੀ ਇਹਨਾਂ ਨੇ ਵੀ ਅੱਜ ਆਉਂਦਾ ਕੱਲ੍ਹ ਨੂੰ ਆਉਣਾ ਜੀ। ਮਹੀਨਾ ਮੈਨੂੰ 1 ਨਹੀਂ ਰੱਖਿਆ ਜੀ ਇਹਨਾਂ ਨੇ, 1-2 ਮਹੀਨੇ ਜੀ ਬੇਟਾ ਕੁੱਟਿਆ ਉੱਥੇ ਬਰਫ਼ 'ਚ ਬਹੁਤ ਬੁਰੀ ਤਰ੍ਹਾਂ ਕਰਿਆ ਜੀ। 3 ਲੱਖ ਰੁਪਈਆ ਜੀ ਦੁਬਾਰੇ ਫੇਰ ਦਿੱਤਾ ਜੀ ਇਹਨਾਂ ਨੂੰ ਬੇਟਾ ਛਡਾਉਣ ਦੇ ਮਾਨ ਨੇ। ਉੱਥੇ ਕਹਿੰਦੇ ਵੀ ਫੇਰ ਛੱਡਾਂਗੇ ਅਸੀਂ। ਸਾਡੇ ਮੁੰਡੇ ਨੂੰ 2 ਨੰਬਰ 'ਚ ਫਸਾਇਆ ਜੀ, ਸਾਡੇ ਮੁੰਡੇ ਦੇ ਸਾਰੇ ਪੈਸੇ ਖਾ ਕੇ ਕਟਾਈ ਕਰਾਈ ਜੀ ਇਹਨੇ। ਇਹ ਜਿਹਾ ਬੰਦਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਫਿਰ ਜੀ ਇਹਨਾਂ ਨੇ ਅੱਧੀ ਰਾਤ ਜੀ 10 ਵਜੇ ਉੱਥੇ ਯੂਕਰੇਨ 'ਚ ਜੀ ਮੈਨੂੰ ਡੌਂਕਰਾਂ ਦੇ ਹੱਥ ਫੜਾਤਾ ਜੀ। ਡੌਂਕਰ ਮੈਨੂੰ 2 ਦਿਨ ਜੀ ਗੱਡੀ 'ਚ ਲੈ ਕੇ ਆਪਦੇ ਪਤਾ ਨਹੀਂ ਕਿੱਥੇ ਲੈ ਗਏ ਜੀ, ਉਹ ਮੈਨੂੰ ਨਹੀਂ ਪਤਾ। ਬਰਫ਼ ਜੀ ਮੈਨੂੰ ਖੜਾ ਕੇ ਡੌਂਕਰਾਂ ਨੇ ਬੁਰੀ ਹਾਲਤ ਨਾਲ ਜੀ ਮੈਨੂੰ ਬਹੁਤ ਕੁੱਟਿਆ ਜੀ। ਮੈਨੂੰ ਪਤਾ ਲੱਗਿਆ ਵੀ ਸਾਡਾ ਬੇਟਾ ਜਿਉਂਦਾ ਹੈਗਾ। ਫਿਰ ਅਸੀਂ ਨੇ ਟਿਕਟ ਕਰਾਈ, ਫਿਰ 3 ਲੱਖ ਰੁਪਈਆ ਨੇ ਬਾਅਦ 'ਚ ਮੰਗਿਆ ਜੀ, ਫਿਰ 3 ਲੱਖ ਵੀ ਅਸੀਂ ਨੇ ਦਿੱਤਾ ਜੀ। ਜੀ ਬਾਹਰੇ ਜਾਣਾ ਚਾਹੁੰਦਾ ਸੀ ਜੀ, ਕਿਉਂਕਿ ਉਰੇ ਨੌਕਰੀ ਮਿਲਦੀ ਹੈ, ਕੰਮ ਕਰ ਨਹੀਂ ਤੀ। ਮੈਨੂੰ ਮੇਰੇ ਡੈਡੀ ਨੇ ਜੀ ਧੀਰ ਸਿੰਘ ਨੇ ਕਿਹਾ ਜੀ ਆ ਕੇ ਮੇਰੇ ਡੈਡੀ ਨੂੰ ਵੀ ਮੈਂ ਭੇਜਦਾ ਜੀ ਆ ਕੇ। ਮੇਰੇ ਡੈਡੀ ਤੋਂ ਪਾਸਪੋਰਟ ਦੇਖਿਆ ਜੀ ਮੇਰਾ। ਧੀਰ ਸਿੰਘ ਨੇ ਜੀ ਕਿਹਾ ਵੀ ਤੇਰੇ ਮੁੰਡੇ ਦਾ ਕੰਮ ਬਣ ਜੂ ਜੀ, ਮੈਂ ਬਣਾਊ ਜੀ। ਧੀਰ ਸਿੰਘ ਕਹਿੰਦਾ ਆ ਕੇ ਘਰੇ ਸਾਡੇ, ਚੱਲ ਮੇਰਾ ਡੈਡੀ ਕਹਿੰਦਾ ਜੀ ਬਣਾ ਦਿਉ ਜੀ ਕੰਮ, ਵੀ ਕੋਈ ਗੱਲ ਨਹੀਂ ਵੀ ਪੈਸੇ ਪੂਸੇ ਫਿਰ ਬਾਅਦ 'ਚੋਂ ਕਰ ਲੈਣ। ਧੀਰ ਸਿੰਘ ਕਹਿੰਦਾ ਆਪਾਂ ਵੀਜ਼ੇ ਤੋਂ ਬਾਅਦ ਉਹ ਜ਼ਿਆਦਾ ਆ ਗਏ ਜੀ। ਇਹਨਾਂ ਨੇ ਜੀ ਧੀਰ ਸਿੰਘ ਨੇ ਬਾਪੂ ਦਾ ਅਵਰਵਾਈ ਜਾਣ ਦਾ ਮੇਰਾ ਵੀਜ਼ਾ ਲਵਾ ਤਾ ਜੀ। 3 ਲੱਖ ਰੁਪਈਆ ਜਿਹਦੀ ਲਿੱਤਾ ਜੀ ਇੱਥੋਂ, 3 ਲੱਖ ਜੀ ਦਿੱਲੀ ਜਾ ਕੇ ਜੀ। ਫਿਰ ਉੱਥੇ ਜਾਂ ਮੈਨੂੰ ਲੈ ਗਏ ਅਵਰਵਾਈ ਜਾਣ ਜੀ। ਪਹੁੰਚ ਕੇ ਬਾਅਦ ਜੀ ਯੂਕਰੇਨ ਦਾ ਲਵਾਇਆ ਜੀ ਵੀਜ਼ਾ। ਯੂਕਰੇਨ ਦੇ ਬਾਅਦ ਜੀ ਮੈਨੂੰ ਕਹਿੰਦੇ ਜੀ ਘਰੇ ਫੋਨ ਕਰ ਵੀ 6 ਲੱਖ ਰੁਪਈਆ ਹੁਣ ਪਵਾਓ ਅਕਾਊਂਟ 'ਚ ਸਾਡੇ ਜੀ। 6 ਲੱਖ ਉੱਥੇ ਪਵਾਏ ਅਕਾਊਂਟ 'ਚ। ਫਿਰ ਮੈਨੂੰ ਕਹਿੰਦੇ ਜੀ ਲੰਡਨ ਦਾ ਵੀਜ਼ਾ ਆਉਣਾ ਹੈ ਤੇਰਾ 1-2 ਦਿਨ 'ਚ ਜੀ। ਅਸੀਂ ਤੈਨੂੰ ਪਾਸਪੋਰਟ ਦੇਤੇ ਸਾਨੂੰ ਵੀ ਅਸੀਂ ਤੈਨੂੰ ਪਾਸਪੋਰਟ ਅਤੇ ਵੀਜ਼ਾ ਦੇ ਦਾਂਗੇ ਲਵਾ ਕੇ। ਇਹਨਾਂ ਨੂੰ ਮੈਂ ਉੱਥੇ ਯੂਕਰੇਨ ਜੀ ਪਾਸਪੋਰਟ ਫੜਾਤਾ ਜੀ। ਇਹਨਾਂ ਨੇ ਜੀ ਪਾਸਪੋਰਟ 3 ਦਿਨ ਆਪਦੇ ਲਵੇ ਰੱਖਿਆ, 4 ਦਿਨ ਜੀ ਮਹੀਨਾ ਮੈਨੂੰ ਉੱਥੇ ਉਲਝਦਾਣੀ 'ਚ ਪਾ ਕੇ ਰੱਖਿਆ ਜੀ ਇਹਨਾਂ ਨੇ ਵੀ ਅੱਜ ਆਉਂਦਾ ਕੱਲ੍ਹ ਨੂੰ ਆਉਣਾ ਜੀ। ਮਹੀਨਾ ਮੈਨੂੰ 1 ਨਹੀਂ ਰੱਖਿਆ ਜੀ ਇਹਨਾਂ ਨੇ। ਮਹੀਨੇ ਬਾਅਦ ਉਹ ਮੈਨੂੰ ਕਹਿੰਦੇ ਨੇ ਜੀ ਵੀ ਤੇਰਾ ਵੀਜ਼ਾ ਆ ਗਿਆ ਜੀ, ਪੈਸੇ ਹੋਰ ਕਹਿ ਆਪਦੇ ਘਰਦਿਆਂ ਨੂੰ ਜੀ। ਚਲੋ ਜੀ ਮੈਂ ਕਹਿਤਾ ਜੀ ਆਪਦੇ ਘਰਦਿਆਂ ਨੂੰ ਵੀ 4 ਲੱਖ ਰੁਪਈਆ ਹੋਰ ਪਾ ਦਿਉ ਜੀ। ਇਹਨਾਂ ਨੇ 4 ਲੱਖ ਰੁਪਈਆ ਪਾਇਆ ਜੀ, ਧੀਰ ਨੂੰ ਕੈਸ਼ ਦਿੱਤਾ ਜੀ ਨਾਲ ਦੀ ਨਾਲ ਉਰੇ ਜੀ। ਫਿਰ ਜੀ ਇਹਨਾਂ ਨੇ ਅੱਧੀ ਰਾਤ ਜੀ 10 ਵਜੇ ਉੱਥੇ ਯੂਕਰੇਨ 'ਚ ਜੀ ਮੈਨੂੰ ਡੌਂਕਰਾਂ ਦੇ ਹੱਥ ਫੜਾਤਾ ਜੀ। ਮੈਨੂੰ ਨਹੀਂ ਇਹ ਪਤਾ ਜੀ ਗੱਲ ਜੀ, ਇਹਨਾਂ ਨੇ ਜਾ ਕੇ ਜੀ ਕਹਿੰਦੇ ਏਅਰਪੋਰਟ 'ਤੇ ਤੈਨੂੰ ਪਾਸਪੋਰਟ ਫੜਾਵਾਂ ਜੀ, ਵੀ ਉਰੇ ਪਾਸਪੋਰਟ ਨਹੀਂ ਫੜਾਉਣਾ। ਡੌਂਕਰਾਂ ਦੇ ਹੱਥ ਮੈਨੂੰ ਜੀ ਫੜਾਇਆ ਜੀ ਜਾ ਕੇ ਜੀ। ਡੌਂਕਰ ਮੈਨੂੰ 2 ਦਿਨ ਜੀ ਗੱਡੀ 'ਚ ਲੈ ਕੇ ਆਪਦੇ ਪਤਾ ਨਹੀਂ ਕਿੱਥੇ ਲੈ ਗਏ ਜੀ, ਉਹ ਮੈਨੂੰ ਨਹੀਂ ਪਤਾ। ਬਰਫ਼ ਜੀ ਮੈਨੂੰ ਖੜਾ ਕੇ ਡੌਂਕਰਾਂ ਨੇ ਬੁਰੀ ਹਾਲਤ ਨਾਲ ਜੀ ਮੈਨੂੰ ਬਹੁਤ ਕੁੱਟਿਆ ਜੀ। ਮੈਨੂੰ ਕਹਿੰਦੇ ਜੀ ਪੈਸੇ ਆਪਦੇ ਫੈਮਿਲੀ ਨੂੰ ਕਹਿ ਪੈਸੇ ਲਿਆਉਣ, ਪਾਉਣ ਸਾਡੇ ਅਕਾਊਂਟ 'ਚ ਤਾਂ ਛੱਡਣ, ਨਹੀਂ ਤੁਹਾਨੂੰ ਮਾਰਦਾ ਨੇ ਜੀ। ਬੰਦੇ ਜੀ 4 ਬੰਦੇ ਦੇ ਜੀ ਮੇਰੇ ਨਾਲ ਮੁੰਡੇ, ਉਹਨਾਂ ਨੂੰ ਵੀ ਬਹੁਤ ਕੁੱਟਦੇ ਮਾਰਦੇ ਰਹੇ ਜੀ, ਸਾਨੂੰ ਵੀ ਬਰਫ਼ 'ਚ ਖੜਾ ਕੇ ਕੁੱਟਦੇ ਤੇ ਜੀ।
ਖਾਣ ਨੂੰ ਚੌਲ ਥੋੜੇ ਦਿੰਦੇ ਜੀ, ਮੀਟ ਪਤਾ ਨਹੀਂ ਕਾਹਦਾ ਦਿੰਦੇ ਸੀ ਸਾਨੂੰ, ਮਾਰ ਮੁਰ ਕੇ ਜੰਗਲਾਂ 'ਚ ਵੀ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਜੀ, ਇੰਨਾ ਕੁ ਪਤਾ। ਤੁਸੀਂ ਉੱਥੋਂ ਕਿਵੇਂ ਕੀਤਾ ਆਪਣਾ ਅਰੇਂਜਮੈਂਟ ਪਰਿਵਾਰ ਨਾਲ ਕਿਵੇਂ ਗੱਲ? ਫਿਰ ਜੀ ਉੱਥੇ ਇੱਕ ਮੁੰਡਾ ਤੀ ਜੀ, ਉਹਨੇ ਮੁੰਡੇ ਨਾਲ ਗੱਲ ਕਰੀ ਉੱਧਰੋਂ ਬਾਹਰ ਦੀ ਬਾਹਰ ਹੀ, ਉਹਨੇ ਜੀ ਆਪਦੇ ਅਕਾਊਂਟ 'ਚੋਂ ਪੈਸੇ ਸੈਂਡ ਕਰੇ ਜੀ, ਫਿਰ ਉਹਨਾਂ ਨੇ ਸਾਨੂੰ ਬੱਸ ਬਿਠਾ ਕੇ ਜੀ ਫਿਰ ਛੱਡਿਆ ਜੀ ਸਾਨੂੰ। ਉਸ ਤੋਂ ਬਾਅਦ ਜੀ ਜੇ ਨਾ ਛੱਡਦੇ ਤਾਂ ਫਿਰ ਮਾਰ ਵੀ ਸਕਦੇ ਸੀ ਸਾਨੂੰ ਜੀ? 2 ਦਿਨ ਕਹਿਤਾ ਤੀ ਉਹਨਾਂ ਨੇ, 2 ਦਿਨ ਨੇ ਜੀ ਸੁੱਟ ਲਵੇ, ਉਸ ਤੋਂ ਬਾਅਦ ਤੁਹਾਨੂੰ ਖਤਮ ਕਰ ਦੇਣੇ, ਐਂ ਕਹਿਤਾ ਤੀ ਜੀ ਸਾਨੂੰ। ਤੁਸੀਂ ਕਿਵੇਂ ਆਪਣੀ ਜਾਣ ਦੀ? ਜਦ ਉਹਨਾਂ ਨੇ ਪੈਸੇ ਸੈਂਡ ਕਰਤੇ ਜੀ ਸਾਨੂੰ, ਉਹਨਾਂ ਨੇ ਛੱਡਿਆ ਜੀ, ਫਿਰ ਉੱਥੋਂ ਮੈਂ ਘਰੇ ਕਿਸੇ ਗੋਰੇ ਦੇ ਥਰੂ ਹੀ ਘਰੇ ਫੈਮਿਲੀ 'ਚ ਫੋਨ ਕੀਤਾ ਜੀ ਆ ਕੇ, ਫਿਰ ਇਹਨਾਂ ਦੇ ਘਰਦਿਆਂ ਨੇ ਮੇਰੀ ਫਲੈਟ ਕਰਾਈ ਜੀ ਚੋਰੀ ਉਹਨਾਂ ਤੋਂ। ਹੁਣ ਤੁਸੀਂ ਕੀ ਮੰਗ ਕਰਦੇ? ਹੁਣ ਮੈਂ ਇਹ ਮੰਗ ਕਰਦਾ ਜੀ ਧੀਰ ਸਿੰਘ ਨੇ ਸਾਤੋਂ ਸੱਤ ਕਾਰਵਾਈ ਹੋਵੇ ਜੀ, ਮੇਰੇ ਪੈਸੇ ਵਾਪਸ ਮੁੜੇ ਜਾਣ, ਮੇਰੀ ਗਰੀਬ ਮਾਰ ਹੋ ਗਈ, ਮੈਂ ਜ਼ਮੀਨ ਵੇਚ ਕੇ ਪੈਸੇ ਲਾਏ ਤੇ ਜੀ। ਬੇਟਾ ਭੇਜਿਆ ਜੀ ਧੀਰ ਸਿੰਘ ਨੇ, ਕਹਿੰਦਾ ਜੀ ਸਾਨੂੰ, ਕਹਿੰਦਾ ਵੀ ਮੈਂ ਬੇਟਾ ਨੂੰ ਲੈ ਕੇ ਜਾਂਦਾ, ਵੀ ਕਲੰਬਰ 'ਚ ਕੰਮ ਕਰਦਾ ਜੀ। ਅਸੀਂ ਨੇ ਕਿਹਾ ਭਰੋਸਾ ਦਵਾਇਆ ਜੀ ਸਾਨੂੰ ਬਹੁਤ, ਵੀ ਹਾਂ ਵੀ ਭੇਜਦਾ, ਕਹਿੰਦਾ ਵੀ ਮੈਂ ਭੇਜ ਦੂੰਗਾ, ਕਹਿੰਦਾ ਉੱਥੇ ਗਿਆ ਜੀ ਇਹ ਤਾਂ ਲੈ ਗਿਆ ਉੱਥੇ ਯੂਕਰੇਨ ਜਾ ਕੇ, ਅਸੀਂ ਸਾਡੇ ਜਿਹੜੀ ਪੁਸ਼ਤੀ ਜ਼ਮੀਨ ਤੀ ਸਾਰੀ ਜਾਇਦਾਦ ਮੈਂ ਵੇਚ ਕੇ ਇਹਨੂੰ ਪੈਸੇ ਦੇ ਚੁੱਕਿਆ ਜੀ। ਉੱਥੇ ਹੀ ਮੇਰਾ ਬੇਟਾ ਫਸ ਗਿਆ ਜੀ, ਫਿਰ ਕਹਿੰਦਾ ਵੀ ਮਹਾਂ ਵੀ ਸਾਡੀ ਗੱਲ ਨਹੀਂ ਹੋਈ ਜੀ, 1-2 ਮਹੀਨੇ ਜੀ ਬੇਟਾ ਕੁੱਟਿਆ ਉੱਥੇ ਬਰਫ਼ 'ਚ ਬਹੁਤ ਬੁਰੀ ਤਰ੍ਹਾਂ ਕਰਿਆ ਜੀ, 3 ਲੱਖ ਰੁਪਈਆ ਜੀ ਦੁਬਾਰੇ ਫੇਰ ਦਿੱਤਾ ਜੀ ਇਹਨਾਂ ਨੂੰ ਬੇਟਾ ਮੁੱਖ ਛਡਾਉਣ ਦੇ ਮਾਣੇ ਨੇ। ਉੱਥੇ ਕਹਿੰਦੇ ਵੀ ਫੇਰ ਛੱਡਾਂਗੇ ਅਸੀਂ, ਵੀ 3 ਲੱਖ ਰੁਪਈਆ ਦਿਓ ਜੀ। ਉੱਥੇ ਭੇਜਿਆ ਜੀ, ਫਿਰ ਅਸੀਂ ਨੇ 1 ਮਹੀਨੇ ਬਾਅਦ ਟਿਕਟ ਕਰਵਾਈ ਜੀ ਬੇਟੇ ਨੂੰ। ਬੇਟਾ ਮਿੰਨਤਾਂ ਕਰਦਾ ਸੀ, ਰੋਂਦਾ ਸੀ ਜੀ ਬਹੁਤ, ਉਹ ਕਰਦਾ ਸੀ ਜਿਹੜੀ ਹੈਗਾ ਤੀ ਜੀ ਮਾੜਾ ਮੋਟਾ ਪੈਸਾ, ਅਸੀਂ ਨੇ ਉਹ ਵੀ ਦਿੱਤਾ ਜੀ ਬਾਅਦ 'ਚ। ਟੋਟਲ ਲੱਗ ਗਿਆ ਜੀ ਸਾਡਾ 12 ਲੱਖ ਰੁਪਈਆ ਜੀ ਦਿੱਤਾ ਜੀ। ਹੁਣ ਫਿਰ ਕੀ ਹਾਲਾਤ ਨੇ? ਹੁਣ ਜੀ ਹਾਲਾਤ ਆਹੀ ਨੇ ਜੀ, ਮੈਂ ਤਾਂ ਦਿਹਾੜੀ ਕਰਦਾ ਜੀ ਨਾਭੇ ਫੈਕਟਰੀ ਲੱਗਿਆ ਹੋਇਆ ਕੰਪਾਈਨਾਂ ਵਾਲੀ 'ਚ, ਬੇਟਾ ਉਰੇ ਕਰਦਾ ਜੀ ਇੱਥੇ ਆਪਣੇ ਲੱਗਿਆ ਹੋਇਆ ਜੀ ਪ੍ਰਾਈਵੇਟ। ਤੁਸੀਂ ਉਹਦੇ ਭਵਿੱਖ ਵਾਸਤੇ ਕੀਤਾ ਸੀ ਕਿ ਚਲੋ? ਹਾਂ ਜੀ ਹਾਂ, ਉਹਦੇ ਬਾਰੇ ਕਰਿਆ ਸੀ ਵੀ ਚਲੋ ਜੀ ਸੈੱਟ ਹੋ ਜੂਗਾ, ਇਹਨੇ ਠੱਗੀ ਲਾ ਲਈ ਸਾਡਾ ਅਣਧੀਰ ਸਿੰਘ, ਅਣਧੀਰ ਸਿੰਘ ਨੇ ਇੰਗਲੈਂਡ ਭੇਜਣਾ ਜੀ ਲੰਡਨ ਜੀ। ਕਿੰਨੇ 'ਚ ਹੋਇਆ ਸੌਦਾ ਤੁਹਾਡਾ? ਸਾਡਾ ਜੀ 12 ਲੱਖ 'ਚ ਹੋਇਆ ਸੀ ਜੀ, ਸਾਰੇ ਪੈਸੇ ਦੇਤੇ ਜੀ ਸਾਨੂੰ ਯੂਕਰੇਨ ਜਾ ਕੇ। ਕਹਿੰਦਾ ਵੀ ਉੱਥੇ ਸਾਰੇ ਪੈਸੇ, ਕਹਿੰਦਾ ਦੋ ਵੀ ਕੱਲ੍ਹ ਨੂੰ ਟਿਕਟ ਕਰਾਵਾਂਗੇ ਅਸੀਂ, ਸਾਨੂੰ ਐਂ ਹੋ ਗਿਆ ਸੀ ਵੀ ਕਰਾਊਗਾ ਜੀ ਉੱਥੋਂ। ਉੱਥੇ ਕੁੱਟਮਾਰ ਕਰੀ ਗਈ, ਗੱਲੋਂ ਫਿਰ ਫੋਨ ਆ ਗਿਆ ਵੀ ਸਾਨੂੰ ਵੀ 3 ਲੱਖ ਰੁਪਈਆ ਬਾਅਦ 'ਚ ਦਿਓ ਜੀ। ਫਿਰ ਭੇਜਿਆ ਜੀ, ਫਿਰ ਉਹਨਾਂ ਤੋਂ ਛੁਡਾਇਆ ਸ਼ੁਰੂ ਹੋਇਆ, ਬੇਟਾ ਕੁੱਟਿਆ ਹੋਇਆ ਬਹੁਤ, ਬਹੁਤ ਬੁਰੀ ਹਾਲਤ ਕਰਤੀ ਜੀ ਸਾਡੀ। ਪੰਜਾਬ ਵਿੱਚ ਕਿਉਂ ਨੌਜਵਾਨ ਜਾ ਰਹੇ ਨੇ ਬਾਹਰ ਦਾ ਰੁੱਖ ਕਰਨ, ਕੀ ਕਾਰਨ? ਇਹ ਜੀ ਆਹੀ ਕਾਰਨ ਆ ਜੀ ਵੀ ਇੱਥੇ ਆਪਣੇ ਕੰਮ ਕਾਰ ਹੈ ਨਹੀਂ ਰੁਜ਼ਗਾਰ ਜੀ, ਬਾਹਰ ਨੂੰ ਵੀ ਆਏ ਆ ਜੀ ਵੀ 2 ਪੈਸੇ ਕਮਾ ਲਾਂਗੇ ਜੀ, ਵੀ ਸਾਡਾ ਭਵਿੱਖ ਵਧੀਆ ਹੋ ਜੀ, ਆਹੀ ਸੀ। ਕੀ ਮੰਗ ਕਰਦੇ ਹੋ? ਹੁਣ ਤਾਂ ਆਹੀ ਆ ਜੀ, ਸਾਡੇ ਜਿਹੜੇ ਸਾਡਾ ਖਰਚਾ ਹੋਇਆ ਸਾਰਾ ਦਿੱਤੇ ਲਿੱਤੇ, ਸਾਨੂੰ ਮਿਲਣੇ ਚਾਹੀਦੇ ਨੇ ਪੈਸੇ। ਮੇਰੇ ਬੇਟੇ ਨਾਲ ਜੀ ਧੋਖਾ ਹੋ ਗਿਆ, ਤੋਰਿਆ ਤੀ ਜੀ, ਚੱਲ ਮਾੜਾ ਮੋਟਾ ਕੁਛ ਸਾਡਾ ਬਣ ਜੂਗਾ, ਜਾਇਦਾਦ ਵੇਚੀ ਤੀ ਜੀ। ਇਹ ਧੀਰ ਸਿੰਘ ਨੇ ਸਾਡੇ ਨਾਲ ਧੋਖਾ ਕਰਿਆ ਜੀ, ਕੁੱਟਮਾਰ ਕਰਾਈ, 2 ਮਹੀਨੇ ਸਾਡੇ ਨਾਲ ਗੱਲ ਨਹੀਂ ਕਰਾਈ ਇਹਨੇ, ਸਾਡੀ ਬੁਰੀ ਹਾਲਤ ਹੋ ਗਈ ਹੈ ਇੱਥੇ। ਅਸੀਂ ਬਸ ਰੋਂਦੇ ਕਲਾਉਂਦੇ ਰਹੇ, ਫਿਰ ਸਾਨੂੰ ਪਤਾ ਲੱਗਿਆ ਵੀ ਸਾਡਾ ਬੇਟਾ ਜਿਉਂਦਾ ਹੈਗਾ। ਫਿਰ ਅਸੀਂ ਨੇ ਟਿਕਟ ਕਰਾਈ, ਫਿਰ 3 ਲੱਖ ਰੁਪਈਆ ਨੇ ਬਾਅਦ 'ਚ ਮੰਗਿਆ ਜੀ, ਫਿਰ 3 ਲੱਖ ਵੀ ਅਸੀਂ ਨੇ ਦਿੱਤਾ ਜੀ। ਫਿਰ ਅਸੀਂ ਨੇ ਟਿਕਟ ਕਰਾਈ, ਸਾਡੇ ਬੇਟੇ ਦੀ ਬੁਰੀ ਹਾਲਤ ਤੀ, ਅਸੀਂ ਨੇ ਦਾਖਲ ਕਰਿਆ ਜੀ ਪਟਿਆਲੇ, ਇਹਦੇ ਐਡੇ ਨਿਸ਼ਾਨ 'ਤੇ ਜੀ, ਇਹ ਤੁਰਨੋਂ ਵੀ ਰਹਿ ਗਿਆ ਤੀ। ਹੁਣ ਧੀਰ ਸਿੰਘ ਨੇ ਸਾਡੇ ਨਾਲ ਐਡਾ ਧੋਖਾ ਕਰਿਆ, ਸਾਨੂੰ ਸਾਡੇ ਪੈਸੇ ਮਿਲਣੇ ਚਾਹੀਦੇ ਨੇ, ਸਾਡੀ ਜਾਇਦਾਦ ਵਿਕ ਗਈ ਜੀ, ਅਸੀਂ ਗਰੀਬੀ ਦੇ ਮਾਰੇ ਪਏ ਹਾਂ ਜੀ, ਝਾੜ ਛਪੇ ਰਹੇ ਹਾਂ। ਮੇਰਾ ਆਦਮੀ ਦਿਹਾੜੀ ਕਰਦਾ, ਮੇਰਾ ਮੁੰਡਾ ਕਰਦਾ, ਮੈਂ ਘਰੇ ਦਿਹਾੜੀ ਕਰਦੀ ਹਾਂ, ਸਾਡੇ ਤਾਂ ਇੱਕ ਟਾਈਮ ਰੋਟੀ ਪੱਕਦੀ, ਇੱਕ ਟਾਈਮ ਪੱਕਦੀ ਨਹੀਂ ਹੈਗੀ, ਸਾਡੀ ਤਾਂ ਬੁਰੀ ਹਾਲਤ ਹੈ ਜੀ। ਜੇ ਸਾਡੀ ਕੋਈ ਮਦਦ ਕਰੇ, ਸਾਡੀ ਜਾਇਦਾਦ ਦੇ ਪੈਸੇ ਸਾਡੇ ਵਾਪਸ ਮਿਲਣੇ ਚਾਹੀਦੇ ਨੇ, ਸਾਡੀ ਕੋਈ ਮਦਦ ਕਰੇ ਜੀ, ਸਾਡੇ ਪੈਸੇ ਮੜਾਵੇ, ਧੋਖੋਰੀ ਤੋਂ ਇਹਨੇ ਸਾਡੇ ਪੈਸੇ ਸਾਰੇ ਖਾ ਲਏ ਜੀ, ਸਾਡੇ ਮੁੰਡੇ ਨੂੰ 2 ਨੰਬਰ 'ਚ ਫਸਾਇਆ ਜੀ, ਸਾਡੇ ਮੁੰਡੇ ਦੇ ਸਾਰੇ ਪੈਸੇ ਖਾ ਕੇ ਕਟਾਈ ਕਰਾਈ ਜੀ ਇਹਨੇ, ਬੰਦਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਮਲ ਸਿੰਘ ਵਾਸੀ ਰੋਟੀ ਮੋੜਾਂ ਵੱਲੋਂ ਦਿੱਤੀ ਗਈ ਸੀਗੀ 2 ਵਿਅਕਤੀਆਂ ਦੇ ਖਿਲਾਫ, ਇੱਕ ਤਰਨ ਧੀਰ ਸਿੰਘ ਹੈ ਉਸੇ ਪਿੰਡ ਦੇ, ਅਤੇ ਇੱਕ ਹੈਗੇ ਪ੍ਰਦੀਪ ਸਿੰਘ ਰਾਜਪੁਰੇ ਦੇ। ਅਤੇ ਨਿਰਮਲ ਸਿੰਘ ਨੇ ਆਪਣੀ ਦਰਖਾਸਤ ਦੇ ਵਿੱਚ ਜੋ ਕਿ SSP ਸਾਹਿਬ ਪਟਿਆਲਾ ਨੂੰ ਦਿੱਤੀ ਗਈ ਸੀਗੀ, ਉਹਦੇ ਵਿੱਚ ਇਲਜ਼ਾਮ ਲਗਾਏ ਸੀ ਕਿ ਇਹਨਾਂ 2 ਵਿਅਕਤੀਆਂ ਨੇ ਮਿਲੀਭੁਗਤ ਕਰਕੇ ਉਹਨਾਂ ਨਾਲ ਕੋਈ 12 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਠੱਗੀ ਇਹਨਾਂ ਨੇ ਇਸੇ ਵਿੱਚ ਮਾਰੀ ਹੈ ਕਿ ਇਹਨਾਂ ਦੋ ਵਿਅਕਤੀਆਂ ਨੇ ਪ੍ਰੋਮਿਸ ਕੀਤਾ ਸੀਗਾ ਨਿਰਮਲ ਸਿੰਘ ਨੂੰ ਕਿ ਅਸੀਂ ਤੇਰੇ ਬੇਟੇ ਜਿਹੜਾ ਬੇਅੰਤ ਸਿੰਘ ਹੈ ਉਹਨੂੰ ਅਸੀਂ UK ਦਾ ਵੀਜ਼ਾ ਲਗਵਾ ਕੇ ਦੇਵਾਂਗੇ, ਅਤੇ ਜਿਹੜਾ ਕਿ ਉਹ UK ਦਾ ਵੀਜ਼ਾ ਨਹੀਂ ਲਗਵਾ ਸਕੇ, ਜੋ ਉਹਨਾਂ ਨੇ ਜਿਹੜਾ ਵੀਜ਼ਾ ਉਹ ਯੂਕਰੇਨ ਦਾ ਉਹਨਾਂ ਨੂੰ ਲਗਵਾਇਆ, ਅਤੇ ਯੂਕਰੇਨ ਦੇ ਵਿੱਚ ਜਦੋਂ ਬੰਦਾ ਚਲਾ ਗਿਆ ਤਾਂ ਉੱਥੇ ਫਿਰ ਉਹਨੂੰ ਤੰਗ ਪਰੇਸ਼ਾਨ ਕਰਕੇ ਉੱਥੇ ਵੀ 3-4 ਲੱਖ ਦੀ ਜਿਹੜੀ ਉਹਨਾਂ ਨਾਲ ਇੱਥੋਂ ਇੰਡੀਆ ਤੋਂ ਮੰਗਵਾਏ, ਅਤੇ ਇਸ ਸੰਬੰਧੀ ਇੱਕ ਮਾਮਲਾ PS ਸਦਰ ਨਾਭਾ ਦੇ ਵਿੱਚ ਦਰਜ ਕਰ ਲਿਆ ਗਿਆ ਔਨ ਦਾ ਰਿਕਮੈਂਡੇਸ਼ਨਸ ਆਫ ਜਿਹੜੀ ਇਨਕੁਆਇਰੀ ਹੋਈ ਹੈ EO Wing ਪਟਿਆਲਾ ਵੱਲੋਂ। ਹਾਂਜੀ, ਇਹਦੇ ਵਿੱਚ ਜਿਹੜੀ ਧਾਰਾ ਲੱਗੀ ਹੈ ਉਹ 406-420 ਅਤੇ ਹਿਊਮਨ ਸਮਗਲਿੰਗ ਐਕਟ ਹੈ ਜਿਹੜਾ ਉਹ ਇਹਦੇ 'ਚ ਇਨਵੋਕ ਕੀਤਾ ਗਿਆ। ਇਨਕਲੂਡਡ ਕਿੰਨੇ ਟੋਟਲ ਅਮਾਊਂਟ ਕਿੰਨੀ ਹੋ ਗਈ ਹੈ ਧੋਖਾਧੜੀ ਦੀ? ਇਹ ਟੋਟਲ ਕੋਈ 12 ਲੱਖ ਦੀ ਅਮਾਊਂਟ ਹੈ ਜੀ। ਦੋਸ਼ੀਆਂ 'ਤੇ ਰੇਡ ਕੀਤੀ ਹੈ, ਹਲੇ ਸਾਡੀ ਉਹ ਅਰੈਸਟ ਨਹੀਂ ਹੋ ਸਕੇ, ਲੇਕਿਨ ਉਹਨਾਂ ਨੂੰ ਜਲਦ ਅਰੈਸਟ ਕਰ ਲਾਂ। ਜਿਹੜੇ ਰਣਧੀਰ ਅਤੇ ਪ੍ਰਦੀਪ ਹੈ ਉਹ ਟਰੈਵਲ ਏਜੰਟ ਹੈ ਜਾਂ ਕਿੱਦਾਂ ਦਾ? ਇਹ ਹਲੇ ਅਸੀਂ ਜਦੋਂ ਅਸੀਂ ਉਹਨਾਂ ਬੰਦਿਆਂ ਨੂੰ ਫੜਾਂਗੇ ਤਾਂ ਫਿਰ ਉਹਨਾਂ ਤੋਂ ਅਸੀਂ ਡਾਕੂਮੈਂਟਸ ਵਗੈਰਾ ਦੇਖਾਂਗੇ ਕਿ ਉਹ ਰਜਿਸਟਰਡ ਏਜੰਟ ਹੈਗੇ ਜਾਂ ਨਹੀਂ ਹੈ, ਜੇ ਨਹੀਂ ਤਾਂ ਫਿਰ ਸੰਬੰਧਿਤ ਧਾਰਾਵਾਂ ਦਾ ਹੋਰ ਵਾਧਾ ਕੀਤਾ ਜਾਊਗਾ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।